ਜਿਹੜੀ ਚੋਣਾਂ ਨੂੰ ਧਿਆਨ ਰੱਖਦੇ ਹੋਏ ਇੱਕ ਸਸਰੀ ਸੁਧਾਈ ਦਾ ਮੁਹਿੰਮ ਪੂਰੇ ਪੰਜਾਬ ਵਰਲਡ ਵਿੱਚ ਚਲਾਇਆ ਜਾ ਰਿਹਾ ਹੈ ਜਿਹੜਾ 7 ਸਤੰਬਰ ਤੋਂ ਸ਼ੁਰੂ ਹੋ ਕੇ 7 ਅਕਤੂਬਰ ਤੱਕ ਚੱਲਣਾ ਹੈ। ਇਸ ਵਿੱਚ ਸਭ ਤੋਂ ਜਿਹੜਾ ਵੱਡਾ ਟੀਚਾ ਇਹ ਹੈ ਕਿ ਜੇ ਫਸਟ ਟਾਈਮ ਵੋਟਰ ਹਨ ਜਿਹੜਾ 18 ਸਾਲ ਦੇ 1-1-2017 ਨੂੰ ਹੋਣੇ ਹੈ ਉਹਨਾਂ ਨੂੰ ਸਾਰਿਆਂ ਨੂੰ ਰਜਿਸਟਰ ਕੀਤਾ ਜਾਵੇ। ਕਈ ਵਾਰ ਸਹਿਜ ਵਾਉ ਨਾਲ ਜਾਂ ਕੋਈ ਹੋਰ ਧਿਆਨ ਉਹਨਾਂ ਦਾ ਪੜ੍ਹਾਈ ਦੇ ਵੱਲ ਜ਼ਿਆਦਾ ਅਤੇ ਦੂਜੇ ਕੰਮਾਂ 'ਚ ਜ਼ਿਆਦਾ ਹੁੰਦਾ, ਇਸ ਕਰਕੇ ਉਹ ਵੋਟਾਂ ਵੱਲ ਸੋਚ ਨਹੀਂ ਪਾਉਂਦੇ। ਇਸ ਕਰਕੇ ਅਸੀਂ ਕਾਲਜ ਅਤੇ ਸਕੂਲ ਜਿਹੜੇ ਸੀਨੀਅਰ ਸਕੂਲ ਹੈ ਉੱਥੇ ਪ੍ਰੋਗਰਾਮ ਰੱਖਿਆ ਹੈਗਾ ਵੀ ਉਹਨਾਂ ਨੂੰ ਜਾਗਰੂਕ ਕਰਾਈਏ ਅਤੇ ਉਹ ਇਸ ਵਿੱਚ ਸ਼ਾਮਿਲ ਹੋਣ ਅਤੇ ਆਪਣਾ ਜਿਹੜਾ ਫੋਰਮ ਭਰ ਕੇ ਦੇਣ। ਔਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਵੀ ਪ੍ਰੋਤਸਾਹਿਤ ਕਰਨ ਦੀ ਚੇਸ਼ਟਾ ਹੈ ਕਿ ਉਹ ਇੱਕ ਜ਼ਿੰਮੇਵਾਰ ਵੋਟਰ ਦੇ ਤੌਰ 'ਤੇ ਆਪਣੇ ਵੋਟ ਨੂੰ ਇਸਤੇਮਾਲ ਕਰਨ ਦਾ ਕਰਨ ਅੱਗੇ ਜਦੋਂ ਚੋਣਾਂ ਦੇ ਸਮੇਂ 'ਤੇ ਆਪਣੇ ਪਰਿਵਾਰ ਅਤੇ ਆਸ ਪਾਸ ਦੇ ਸਮਾਜ ਦੇ ਲੋਕਾਂ ਨੂੰ ਵੀ ਇਸ ਜ਼ਿੰਮੇਵਾਰ ਸ਼ਹਿਰੀ ਦੇ ਵਜੋਂ ਵੋਟ ਦਾ ਜਿਹੜਾ ਅਧਿਕਾਰ ਹੈ ਇਹਨੂੰ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ। ਇਹੀ ਇਸੀ ਮੰਤਵ ਨੂੰ ਰੱਖ ਕੇ ਅੱਜ ਦਾ ਇਹ ਪ੍ਰੋਗਰਾਮ ਕਰ ਰਿਹਾ।